ਅੱਛਾ ਭਾਅ ਜੀ, ਮੈਂ ਨਾ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਵੀ ਆਪਣਾ ਬੱਚਾ ਬਾਹਰੋਂ ਆਇਆ ਸੰਦੀਪ ਸਿੰਘ, ਓਕੇ, ਤੇ ਆਪਾਂ ਉਹਦੇ ਵਿਆਹ ਦੀ ਕੋਈ ਗੱਲਬਾਤ ਕਰੀਏ, ਸਾਰੇ ਜਣੇ ਇਕੱਠੇ ਹੋਏ ਆ। ਠੀਕ ਹੈ ਠੀਕ ਹੈ, ਕਰੋ, ਹੈ ਨਾ, ਤੇ ਹੋਣਾ ਚਾਹੀਦਾ। ਨਹੀਂ ਦੇਖੋ, ਟਾਈਮ ਵੀ ਵਧੀਆ, ਦਿਨ ਵੀ ਠੀਕ ਹੈਗੇ ਆ, ਮਤਲਬ ਵਧੀਆ ਪੱਧਰੇ ਦਿਨ ਹੈਗੇ, ਨਾ ਵਾਲੀ ਸਰਦੀ ਨਾ ਗਰਮੀ, ਤੇ ਕਿਉਂ ਬਾਪੂ ਜੀ ਤੁਹਾਡਾ ਕੀ ਖਿਆਲ ਆ? ਠੀਕ ਹੈ ਠੀਕ ਹੈ ਨਾ, ਤੇ ਤੁਸੀਂ ਕੋਈ ਮਤਲਬ ਕਰੋ ਨਾ। ਹੈਲੋ ਬੇਟਾ ਜੀ, ਠੀਕ ਹੈ ਠੀਕ ਹੈ, ਚਲੋ ਕੋਈ ਨੀ, ਕਰੋ ਰੈਸਟ ਜੀ। ਹੈ ਆ ਕੇ ਦੀ ਫੋਟੋ ਏ, ਮੈਨੂੰ ਨਹੀਂ ਪਤਾ ਕੌਣ ਆ, ਉਹ ਦੱਸ ਪਹਿਲਾਂ, ਜਾਣਦਾ ਤੈਨੂੰ? ਨੋ, ਪਸੰਦ ਆ? ਹਾਂ ਵਧੀਆ। ਬੇਬੇ ਕੀ ਕਰਦੇ? ਰੋਟੀ ਪਕਾਉਣੀ ਪਤਾ? ਆ ਬੇਬੇ ਕੁੜੀ ਦੀ ਫੋਟੋ ਦੇਖਤਾ ਇੱਕ ਦੀ। ਇਹ ਕੁੜੀ ਕੁੜੀ ਹੈ, ਬਹੁਤ ਸਾਰੀ ਫੋਟੋ ਆ। ਸੰਦੀਪ ਭਾਜੀ ਫੋਟੋ ਦੇਖਦਾ ਸੀ ਇਹਦੀ। ਤੇ ਸੋਹਣੀ ਆ ਕੁੜੀ ਦਾ ਪਤਾ? ਇਹ ਮੈਨੂੰ ਜਾਣਦੇ ਵੀ ਹੈਗੇ ਜਿੱਥੇ ਕਹਿੰਦੇ ਤਾਂ ਮੈਂ। ਬਹੁਤ ਸਾਰੀ ਜਿੱਥੇ ਕਹਿੰਦੇ ਤਾਂ ਮੈਂ ਗੱਲ ਚਲਾਵਾਂ। ਅੱਛਾ, ਰਲ ਪਤਾ ਕੰਮ ਬਹੁਤ ਸੋਹਣੀ ਕੁੜੀ, ਬਹੁਤ ਸੋਹਣੀ ਆ। ਚਲੋ ਠੀਕ ਆ ਬੇਬੇ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੇਟਾ। ਹਰਦੀਪ ਬੋਲਦਾ ਸੀਗਾ ਜੀ। ਅੱਛਾ, ਮੈਨੇ ਤੁਹਾਡੇ ਨਾਲ ਨਵਦੀਪ ਦੇ ਰਿਸ਼ਤੇ ਦੀ ਗੱਲ ਕਰਨੀ ਸੀਗੀ। ਨਵਦੀਪ ਦੇ ਰਿਸ਼ਤੇ ਦੀ? ਕਿਦਾਂ, ਘਰੇ ਹੀ ਹੋ ਜੀ? ਹਾਂ ਹਾਂ, ਮੈਂ ਤਾਂ ਘਰ ਹੀ। ਚਲੋ ਠੀਕ ਹੈ ਜੀ, ਮੈਂ ਆ ਗਿਆ ਫਿਰ। ਓਕੇ ਓਕੇ ਓਕੇ। ਹਾਂ ਵਾਹਿਗੁਰੂ ਕਿਰਪਾ ਬਣੀ ਰਹੇ। ਮੈਂ ਲੰਘਦਾ ਸੀਗਾ, ਆਂਟੀ ਨਾਲ ਫੋਨ ਕੀਤਾ ਸੀਗਾ। ਅੱਛਾ ਜੀ, ਮੈਂ ਕਿਹਾ ਚਲੋ ਘਰ ਹੀ ਪਵਾਉਂਦਾ ਜੀ। ਬਹੁਤ ਵਧੀਆ ਕੀਤਾ ਜੀ, ਚੰਗਾ ਲੱਗਿਆ। ਮੈਂ ਨਾ ਜੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਬਹੁਤ ਅੱਛਾ ਲੱਗਿਆ ਜੀ, ਕਰੋ ਤੁਸੀਂ। ਮੈਂ ਤਾਂ ਫੋਨ 'ਤੇ ਵੀ ਦੱਸਿਆ ਜੀ ਤੁਹਾਨੂੰ ਆਂਟੀ ਕਿ ਨਵਦੀਪ ਦੇ ਰਿਸ਼ਤੇ ਦੀ ਗੱਲ ਕਰਨੀ ਸੀਗੀ। ਠੀਕ ਹੈ ਜੀ, ਆਹ ਮੈਂ ਮੁੰਡੇ ਦੀ ਫੋਟੋ ਲੈ ਕੇ ਆਇਆ ਸੀਗਾ ਜੀ। ਅੱਛਾ ਜੀ, ਹਾਂਜੀ, ਅਤੇ ਆਇਆ ਜੀ ਮੁੰਡੇ ਦੀ ਫੋਟੋ। ਅੱਛਾ, ਦੇਖੋ ਜੀ, ਮੁੰਡਾ ਤਾਂ ਸੋਹਣਾ, ਦੇਖੋ ਮੁੰਡਾ ਤਾਂ ਸੋਹਣਾ ਮੰਮੀ, ਆ ਵੇਖੀ ਜਾ, ਨਵਦੀਪ ਨੂੰ ਦਿਖਾਓ ਮੁੰਡੇ ਦੀ ਫੋਟੋ।
ਅੱਖਾਂ ਮੇਰੀਆਂ ਤੇ ਜਾਣਦਾ ਏ ਮੈਨੂੰ ਵੀ ਆਸ਼ਿਕ ਹੈ ਉਹ ਗਜ਼ਲਾਂ ਦਾ ਤੇ ਪਛਾਣਦਾ ਏ ਮੈਨੂੰ ਵੀ ਆਕਾਸ਼ ਤੇ ਵੀ ਹੱਕ ਲੱਗੇ ਹੋ ਗਿਆ ਮਲਕੀਤੀ ਵਿੱਚ ਆ ਗਈ ਜ਼ਮੀਨ